ਕੀ ਸਾਰੀ ਵਾਰਦਾਤ ਹੋਈ? ਇਹ ਹੈਗੀ ਜੀ, ਪ੍ਰੀਤੀ ਪੁੱਤਰੀ ਲਖਤੂ ਸੀ, ਅਸੀਂ ਡਾਲੇ ਤੱਕ ਇਹ ਰਾਤ ਹੀ ਨਾਕੇ 'ਤੇ ਖੜ੍ਹੇ ਸੀ ਐਸ ਐਚ ਓ ਸਾਹਿਬ ਪ੍ਰਭਦੇਵ ਸਿੰਘ, ਪ੍ਰਭਜੋਤ ਸਿੰਘ, ਇੰਸਪੈਕਟਰ ਫਤਿਹਗੜ੍ਹ ਚੂੜੀਆਂ, ਅਤੇ ਇਨਫੋਰਮੇਸ਼ਨ ਮਿਲੀ ਸੀ ਵੀ ਜਿਹੜੀ ਇਹ ਲੜਕੀ ਹੈ ਇਹਨੂੰ ਇਹਦੇ ਬਾਪ ਲਖਤਮ ਸੀ ਅਤੇ ਦਾਦਾ ਬਰਕਤ ਮਸੀਹ ਨੇ ਇੱਟਾਂ ਮਾਰ ਕੇ ਮਾਰਤਾ ਅਤੇ ਗਲੀ ਚੁੱਕ ਕੇ ਘਰ ਲੈ ਗਏ, ਅਤੇ ਜਿਹਦੀ ਰਾਤ ਲਾਸ਼ ਬਰਾਮਦ ਹੋ ਗਈ ਸੀ ਇਹਦੇ ਘਰ ਦੇ ਕਮਰੇ 'ਚੋਂ, ਅਤੇ ਸਿਵਲ ਹੋਸਪਿਟਲ ਪਈ ਆ ਅਤੇ ਅੱਜ ਇਹਦਾ ਪੋਸਟਮਾਰਟਮ ਅਸੀਂ ਕਰਾ ਰਹੇ ਹਾਂ ਜੀ। ਪਰ ਇਹਦੀ ਕਿੰਨੀ ਏਜ ਸੀ ਸਾਰਾ ਮਸਲਾ ਜੀ? ਏਜ ਇਹਦੀ 32 ਸਾਲ ਹੈ ਜੀ, ਇਹ ਤਲਾਕਸ਼ੁਦਾ ਸੀ ਅਤੇ ਦੱਸਣ ਮੁਤਾਬਕ ਪਿੰਡ 'ਚ ਇਹਦੇ ਕਿਸੇ ਲੜਕੇ ਨਾਲ ਜਾਇਜ਼ ਸੰਬੰਧ ਸੀਗੇ, ਇਹ ਉਹਦੇ ਘਰ ਜਬਰਦਸਤੀ ਵਸਣਾ ਚਾਹੁੰਦੇ ਸੀ ਅਤੇ ਘਰ ਦੇ ਇਸ ਗੱਲ ਤੋਂ ਇਤਰਾਜ਼ ਕਰਦੇ, ਅਤੇ ਕੱਲ੍ਹ ਵੀ ਕਹਿੰਦੀ ਸੀ ਮੈਂ ਜਾਣਾ ਉਹਦੇ ਘਰ, ਅਤੇ ਉਹਨਾਂ ਨੇ ਇਸ ਗੱਲ ਨੂੰ ਗੁੱਸੇ ਜਾ ਕੇ ਬਾਪ ਨੇ ਇੱਟ ਮਾਰਤੀ ਦਾਦੇ ਨੇ। ਇਹਦਾ ਬਾਪ ਜਿਹੜਾ ਲਖਤਮ ਸੀ ਅਤੇ ਦਾਦਾ ਬਰਕਤਮ ਸੀ ਦੋਵਾਂ ਦੇ, ਅਤੇ ਗ੍ਰਿਫਤਾਰੀ ਨਹੀਂ ਹੋਈ, ਘਰੋਂ ਅੱਗੇ ਪਿੱਛੇ ਹੈਗੇ ਜੀ ਨਹੀਂ ਹੋਈ।